बिस्मिल्लाहिर्रहमानिर्रहीम अस्सलाम वालेकुम प्यारे दोस्तों, मेरा नाम है आतिफ शहजाद, आप देख रहे हो जाली बेस्ट चैनल। दोस्तों जी, वीडियो की डेट है 19 जुलाई 2024 जुमातुल मुबारक का दिन है। खलोते हैं 103 चक जनूबी, लोकेशन दस दें 103 चक जनूबी, तहसील जिला जिहड़ा है सरगोधा, सरगोधा तो फैसलाबाद रोड से बाईपास तो अगर 2-3 किलोमीटर चलने से खब्बे हाथ उत्ते पहला पिंड आता 103 चक। तो उस चक दे विच इक्को ही शायद इक्को ही फार्म है इंपोर्टेड गावां दा। तो साढ़े चैनल पर भी माशाला सब तो वड्डा लगन वाला इक्को ही फार्म है इस टाइम, बट्टी डेयरी फार्म। अलहमदुल्ला जानी बैस चैनल ने पिंडी चकवाल गुजरात मंडी बावलदीन खुशाब जोराबाद फैसलाबाद माशाला अपने पूरे पंजाब दे विच एक नाम बनाया जानी बैस टीवी ने। मेहनत है सरकार, क्योंकि जेडे मैं तुहानू इलाके दस्से हर इलाके च असीं वीडियोज़ लाईआं ने, लेकिन ਬੱਟੀ ਡੇਅਰੀ ਦਾ ਮਿਆਰ ਕੁਆਲਿਟੀ ਦੇ ਬੱਟੀ ਡੇਅਰੀ ਜਿੱਦਾਂ ਫਾਰਮ ਇਸ ਰੈਗੂਲਰ ਬੇਸਿਸ 'ਤੇ ਚੱਲਣ ਵਾਲਾ ਸਾਡੇ ਕੋਲ ਇੱਕੋ ਹੀ ਵਾਹਿਦ ਸਾਡੇ ਚੈਨਲ ਉੱਤੇ ਫਾਰਮ ਹੈ, ਅਤੇ ਜਿਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਟੌਪ ਕਲਾਸ ਦੀ ਬਰੀਡ ਮਿਲਦੀ ਹੈ। ਅਗਰ ਗਾਵਾਂ ਦੀ ਗੱਲ ਕਰਾਂ ਤਾਂ ਇੱਥੇ ਇੰਪੋਰਟਡ ਐਸੀ ਐਸੀ ਫਰੈਸ਼ ਇੰਪੋਰਟ ਗਾਂ ਵੀ ਮਿਲਦੀ ਹੈ, ਜਿਹਨਾਂ ਕੋਲ ਮੌਕੇ ਦੀ ਚੁਆਈ 35-35 ਲੀਟਰ ਹੈ, ਅਤੇ ਫਸਟ ਸੈਕਿੰਡ ਦੀਆਂ ਲਾਟਾਂ ਵਿਖਾਣੀਆਂ ਨੇ, 2-3 ਲਾਟਾਂ ਵਿਖਾਣੀਆਂ ਨੇ। ਅਤੇ ਪਿਛਲੀ ਵੀਡੀਓ ਜਿਹੜੀ ਅਸੀਂ ਲਾਈ ਹੈ, ਮੈਂ ਇੱਕ ਗੱਲ ਹੋਰ ਇੱਥੇ ਨਾਲ ਐਡ ਕਰਨਾ ਜ਼ਰੂਰੀ ਸਮਝਣਾ ਕਿ ਮੈਂ ਰੈਗੂਲਰ ਵੀਡੀਓਜ਼ ਬਰਾਵਾਂ ਦੀ ਵੇਖਣਾ, ਹਰ ਬਰਾਜ ਮਾਸ਼ਾਅੱਲਾ ਅੱਛੀ ਤੋਂ ਅੱਛੀ ਗਾਂ ਲਿਆਉਂਦਾ, ਹਰ ਫਾਰਮਰ ਕੋਸ਼ਿਸ਼ ਕਰਦਾ ਸਾਡੇ ਕੋਲ ਚੰਗੀ ਤੋਂ ਚੰਗੀ ਚੀਜ਼ ਆਵੇ, ਲੇਕਿਨ ਬਲੋਚ ਸਾਹਿਬ ਦੀ ਐਫਰਟ ਮਿਹਨਤ, ਮੈਂ ਜਦੋਂ ਵੀ ਵੀਡੀਓ ਬਣਾਉਣ ਆਉਂਦਾ ਮੈਨੂੰ ਇਨਸ਼ਾਅੱਲਾ ਅੱਗੇ ਵੱਧ ਤੋਂ ਵੱਧ ਹੀਰੇ ਨਜ਼ਰ ਆਉਂਦੇ ਰਹੋ, ਮੇਰਾ ਜੋਸ਼ 'ਚ ਇਜ਼ਾਫਾ ਹੁੰਦਾ, ਮੈਂ ਵੀਡੀਓ ਹੋਰ ਜੋਸ਼ੀਲੇ ਅੰਦਾਜ਼ 'ਚ ਬਣਾਉਣਾ, ਤੁਸੀਂ ਵੇਖਦੇ ਹੋਣੇ ਹੋ। ਕਿਉਂਕਿ ਜਿੱਥੇ ਮੈਂ ਆਉਂਦਾ ਇੱਕ ਜਗ੍ਹਾ 'ਤੇ ਵੇਖਣਾ ਸਰ 70 ਐਨੀਮਲੇ, ਅਤੇ ਫਿਰ ਜਦੋਂ ਮੈਂ ਉਹਨਾਂ ਦੇ ਐਡਰ ਵੇਖਣਾ, ਜਾਨਵਰਾਂ ਦੀ ਕੁਆਲਿਟੀ ਵੇਖਣਾ, ਉਹਨਾਂ ਦੀ ਸਿਹਤ ਵੇਖਣਾ, ਸਫਾਈ ਦਾ ਨਿਜ਼ਾਮ ਵੇਖਣਾ, ਅਤੇ ਮਾਸ਼ਾਅੱਲਾ ਜੀ ਐਸ ਤੁਸੀਂ ਮੇਰੇ ਪਿੱਛੇ ਇੱਥੇ ਵੇਖ ਲਓ, ਮਾਸ਼ਾਅੱਲਾ ਮੇਰਾ ਦਿਲ ਖੁਸ਼ ਹੋ ਜਾਂਦਾ। ਮੈਂ ਆਖਦਾ ਯਾਰ ਬਾਕੀ ਭਰਾਵਾਂ ਨੂੰ ਇਹ ਰਿਕਮੈਂਡ ਕਰਾਂਗਾ, ਯਾਰ ਆਓ ਇਹ ਤੁਹਾਡੀ ਬੱਟੀ ਡੇਅਰੀ 'ਤੇ ਜਾਨਵਰ ਵੇਖੋ ਅਤੇ ਲੈ ਕੇ ਜਾਓ, ਔਰ ਜਾਨਵਰ ਵੀ ਇੱਕ ਤੋਂ ਵੱਧ ਕੇ ਇੱਕ ਖਲੋਤਾ ਹੁੰਦਾ, ਤੁਹਾਡੇ ਕੋਲ ਸਲੈਕਸ਼ਨ ਹੈ ਜਿਵੇਂ ਦੀ ਮਰਜ਼ੀ ਲੈਣੀ ਹੋਵੇ, ਖਾਂਗੜ ਬਾਖੜੀ ਤੋਕੜ ਮਿਲਕਿੰਗ ਮਿਲਕਿੰਗ ਪਲੱਸ ਪ੍ਰੈਗਨੈਂਟ ਡਰਾਈ ਪ੍ਰੈਗਨੈਂਟ ਜਿਵੇਂ ਦੀ ਚੀਜ਼ ਚਾਹੀਦੀ। ਮੇਰੇ ਨਾਲ ਐਡਮਨ ਸਾਹਿਬ ਮੌਜੂਦ ਨੇ, ਡਿਟੇਲਾਂ ਪੂਰੀਆਂ ਲੈਂਦੇ ਹਾਂ। ਅਸਲਾਮ ਵਾਲੇਕੁਮ ਜੀ, ਵਾਹ ਬਲੋਚ ਸਾਹਿਬ, ਸਿਹਤ ਵੀ ਠੀਕ ਹੈ? ਅੱਲਾਹ ਪਾਕ ਦਾ ਸ਼ੁਕਰ ਹੈ। ਸੁਹੇਲ ਭਾਈ ਸਿਹਤ ਵੀ ਠੀਕ ਹੈ? ਅਲਹਮਦੁਲਿਲਾਹ। ਬਲੋਚ ਸਾਹਿਬ, ਇਹ ਦੇਸੀ ਇੱਕ ਛੋਟਾ ਜਿਹਾ ਇੰਟਰੋਡਕਸ਼ਨ ਬੱਟੀ ਡੇਅਰੀ ਦਾ, ਤੇ ਜਿਵੇਂ ਅਸੀਂ ਦੱਸਦੇ ਹਾਂ ਜੀ ਐਪਰੀਸ਼ੀਏਟ ਤੁਸੀਂ ਵੀ ਕਰਨ ਵਾਲੇ ਹੋ, ਤੁਹਾਡੇ ਕੋਲ ਮਾਸ਼ਾਅੱਲਾ ਜੀ ਮਾਲ ਹੈ, ਭਰਾ ਹੁੰਦੇ ਨੇ, ਸਾਨੂੰ ਵੀ ਰਾਬਤਾ ਮੇਰੇ ਨਾਲ ਵੀ ਹੁੰਦਾ, ਕਈ ਜਾਂ ਭਰਾ ਕਾਲਾਂ ਕਰਦੇ ਨੇ, ਅਸੀਂ ਗਏ ਸੀ ਮਾਸ਼ਾਅੱਲਾ ਅੱਛਾ ਤਾਮਨ ਕੀਤਾ, ਕਈ ਭਰਾਵਾਂ ਦੇ ਕੋਈ ਗਿਲੇ ਸ਼ਿਕਵੇ ਵੀ ਹੁੰਦੇ ਨੇ, 25-30 ਦੱਸਿਆ ਸੀ, 24-25-20 ਨਿਕਲਿਆ, 18 ਨਿਕਲਿਆ, ਇਹ ਚੀਜ਼ਾਂ ਵੀ ਹੁੰਦੀਆਂ। ਮੈਂ ਗੱਲ ਹਮੇਸ਼ਾ ਤੋਂ ਮੇਰੀ ਕੋਸ਼ਿਸ਼ ਰਹੀ ਹੈ ਕਿ ਖੁੱਲ੍ਹੀ ਖਰੀ ਗੱਲ ਮੂੰਹ ਦੇ ਉੱਤੇ ਕਰਨੀ, ਗੱਲ ਖੋਲ ਤਾਂ ਕਰਨੀ ਚਾਹੀਦੀ, ਪੂਰੀ ਕਰਨੀ ਵੀ ਪੂਰੀ ਚਾਹੀਦੀ। ਅੱਜ ਸਾਡੇ ਕੋਲ ਕਿਤਨੇ ਜਾਨਵਰ? 60 ਜਾਨਵਰ ਲਾਉਣੇ, ਫਸਟ ਸੈਕਿੰਡ ਨਹੀਂ ਜੀ, ਫਰੈਸ਼ ਮਿਲ ਜਾਂਦੇ ਜੇ ਜਾਨਵਰ, ਫਸਟ ਟਾਈਮ ਥੋੜੀਆਂ 2-3 ਸੈਕਿੰਡ ਟਾਈਮ ਜ਼ਿਆਦਾ ਸੈਕਿੰਡ ਹੈ, ਬਿਲਕੁਲ ਜ਼ਿੰਦਾਬਾਦ, ਦਵਾ ਬਿਲਕੁਲ ਪਲੱਸ ਪ੍ਰੈਗਨੈਂਟ ਅਭੀ ਡਰਾਈ ਪ੍ਰੈਗਨੈਂਟ ਕਲੋਜ਼ ਆਫ, ਯਾਨੀ ਕਿ 3 ਲਾਟਾਂ ਨੇ ਮੁਸਾ ਗੱਲਾਂ ਪੂਰੀਆਂ ਵੀਡੀਓ 'ਚ ਵਿਖਾਵਾਂਗੇ, ਕਰਾਂਗੇ ਤੁਹਾਡੇ ਨਾਲ ਇਨਸ਼ਾਅੱਲਾ ਤਾਲਾ। ਜਾਨਵਰ ਵਿਖਾ ਕੇ ਦਿਲ ਖੁਸ਼ ਹੋਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਮੈਂ ਹਰ ਵੀਡੀਓ 'ਚ ਤਾਂ ਲਾਈਕ ਸ਼ੇਅਰ ਕਰੋ, ਕਿਉਂਕਿ ਅੱਜ ਮੈਂ ਜਿਹੜੀ ਵੀਡੀਓ ਬਣਾ ਰਿਹਾ ਮੈਨੂੰ ਪਤਾ ਤੁਸੀਂ ਆਪੇ ਹੀ ਲਾਈਕ ਦਬਾਉਣੇ ਅਤੇ ਸ਼ੇਅਰ ਕਰਨੇ, ਕਿਉਂਕਿ ਵੀਡੀਓ ਤੁਹਾਨੂੰ ਪਸੰਦ ਆਉਣੀ ਹੈ ਅਤੇ ਰੇਟ ਵੀ ਪਸੰਦ ਆਉਣੇ ਨੇ, ਚਲਦੇ ਪਰ ਨੰਬਰ ਕੀ। मज़ीद इस तरह की वीडियो देखने के लिए हमारे जानी बेस चैनल को सब्सक्राइब करें और बेल आइकन को प्रेस करें, ताकि मज़ीद इस तरह की वीडियो की नोटिफिकेशन आपको टाइम पर मिलती रहे। बिस्मिल्लाहिर्रहमानिर्रहीम। दोस्तों जी, बट्टी डेयरी फार्म माशाल्लाह जी मियार क्वालिटी क्लास देखना है, तो इंपोर्टेड गावां खरीदनियां हो डिस्ट्रिक्ट सरगोधा, तुसीं राबता कर सकते हो। माशाल्लाह अगर इन्हां दे फेस विखावां तां जिहड़ियां अज्ज असीं तुहानूं इह विखाउणियां ने ना, ड्राई प्रैगनेंट क्लोज अप वाले जानवर, ਵੀਡੀਓ ਦਿਲ ਖੁਸ਼ ਹੋ ਜਾਏਗਾ ਇਨਸ਼ਾਅੱਲਾ ਤਾਲਾ। ਤੁਸੀਂ ਆਖੋਗੇ ਕਿ ਵਾਕਈ ਬਲੱਡ ਲਾਈਨ ਬਰੀਡ ਅਤੇ ਕੁਆਲਿਟੀ ਕੀ ਹੈ, ਉਹ ਤੁਹਾਨੂੰ ਪੂਰੀ ਵਿਖਾਵਾਂਗੇ ਇਨਸ਼ਾਅੱਲਾ ਤਾਲਾ। ਮੇਰੇ ਨਾਲ ਬਲੋਚ ਸਾਹਿਬ ਮੌਜੂਦ ਨੇ, ਬਲੋਚ ਸਾਹਿਬ ਪਹਿਲੇ ਅਸੀਂ ਗੱਲਾਂ ਥੱਲੇ ਅਡਰ ਵਿਖਾ ਕੇ ਵੀ ਕਰਨੇ ਆ, ਪਰ
ਪਹਿਲੇ ਚੰਦ ਗੱਲਾਂ ਗੁਜ਼ਾਰਸ਼ਾਤ ਇੱਥੇ ਹੋ ਜਾਵਣ ਬਿਹਤਰ ਹੈ। ਪੁੱਛੋ ਜਾਨੀ ਭਾਈ, ਸੈਕੰਡ ਟਾਈਮਰ ਦੇ ਜਾਨਵਰ ਜੀ ਹਾਂ, ਸੈਕੰਡ ਦੁੱਧ ਕਿੰਨੇ ਤੋਂ ਕਿੰਨਾ ਔਰ ਕੀ ਕਲਾਸ ਕੁਆਲਿਟੀ ਹੈ, ਕੀ ਬਲੱਡ ਲਾਈਨ ਹੈ, ਕੀ ਸੀਨ ਹੈ, ਪੂਰੀ ਗੱਲ ਰੱਖ ਦੱਸਿਓ ਜਾਨੀ ਭਾਈ। 5 ਲੀਟਰ ਮੈਂ ਮੌਕੇ ਦੀ ਚੁਆਈ ਕਰਾ ਸਕਦਾ ਇਹਨਾਂ ਜਾਨਵਰਾਂ ਕੋਲ, 5 ਲੀਟਰ ਜੀ ਆ, ਇਹਨਾਂ ਚੋਂ ਫਰੈਸ਼ ਕਾਵਿੰਗ ਸਾਰੀਆਂ ਹੀ ਸਾਰੀਆਂ ਸੈਕੰਡ ਟਾਈਮਰਾਂ ਨੇ ਜੀ ਆ। ਕਿੰਨੇ ਅਰਸੇ ਦਾ ਬੱਚਾ ਦਿੱਤੇ ਆ? 20-25 ਦਿਨ ਸੁੱਤੇ ਕੋਈ ਨਹੀਂ, 20-25 ਦਿਨ ਦੇ ਉੱਤੇ ਕੋਈ ਨਹੀਂ ਆਉਣਾ ਜੀ। ਇੱਕ ਰਾਤ ਨੂੰ ਜੀ ਡਿਲੀਵਰ, ਇੱਕ ਰਾਤ ਨੂੰ ਡਿਲੀਵਰੀ, ਫੀਮੇਲ ਹੈ ਮੇਲ ਹੈ? ਬੱਚਾ ਦਿੱਤਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਪੂਰੀ ਗੱਲ ਬਾਤ ਵਿਖਾਉਂਦੇ ਹਾਂ। ਉੱਥੇ ਵੈਡ ਵੀ ਬੜੀ ਕਮਾਲ ਹੈ, ਪਰ ਗੱਲ ਹੁੰਦੀ ਅਡਰ ਕਲਾਸ ਕੁਆਲਿਟੀ ਦੇ ਉੱਤੇ, ਫੋਕਸ ਹੁੰਦਾ ਬਰੀਡ ਦੇ ਉੱਤੇ, ਅਤੇ ਕੁਆਲਿਟੀ ਵਿਖਾਵਾਂਗੇ ਇਨਸ਼ਾਅੱਲਾ ਤਾਲਾ ਪੂਰੀ, ਨੰਬਰ 1 ਤੋਂ ਨੰਬਰ ਐਂਡ ਤੱਕ ਮਾਸ਼ਾਅੱਲਾ। ਤੁਹਾਨੂੰ ਵੀਡੀਓ ਆਵੇ ਪਸੰਦ, ਬੱਟੀ ਡੇਰੀ ਫਾਰਮ ਹੈ, ਲੋਕੇਸ਼ਨ 103 ਚੱਕ ਜਨੂਬੀ ਹੈ, ਅਤੇ ਮਾਸ਼ਾਅੱਲਾ ਦਾ ਕਮੈਂਟ ਕਰਨਾ ਨਹੀਂ ਭੁੱਲਣਾ ਕਿ ਇੱਥੇ ਤੁਹਾਨੂੰ ਤੁਹਾਡੀ ਮਰਜ਼ੀ ਦੇ ਐਨ ਮੁਤਾਬਕ ਜਾਨਵਰ ਮਿਲਦਾ। ਜਾਨੀ ਬੈਸ ਟੀਵੀ ਦੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਕਿ ਮਿਆਰ ਦੇ ਪਿੱਛੇ ਭੱਜਣਾ ਨਸਣਾ, ਕੁਆਲਿਟੀ ਦੇ ਪਿੱਛੇ ਭੱਜਣਾ ਨਸਣਾ। ਕੁਆਲਿਟੀ ਮਿਆਰ ਤੁਹਾਨੂੰ ਪੂਰਾ ਵਿਖਾਇਆ, ਔਰ ਤੁਸੀਂ ਭਰਾਵਾਂ ਨੇ ਵੀ ਜਿਨ੍ਹਾਂ ਨੇ ਵੇਖਿਆ, ਜਿਨ੍ਹਾਂ ਨੇ ਸ਼ੌਕ ਕੀਤਾ, ਉਹਨਾਂ ਨੇ ਵੀ ਅੱਛਾ ਸ਼ੌਕ ਪਾਲਿਆ, ਅੱਛਾ ਸ਼ੌਕ ਕੀਤਾ, ਔਰ ਮਾਸ਼ਾਅੱਲਾ ਮੈਂ ਵੀ ਇਸ ਕੰਮ ਦੇ ਨਾਲ ਹੀ ਆਪਣਾ ਮਾਸ਼ਾਅੱਲਾ ਜੀ ਅੱਲਾ ਪਾਕ ਨੇ ਰੁਜ਼ਗਾਰ ਲਾਇਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਹੀ ਰੁਜ਼ਗਾਰ ਲਿਖਿਆ ਗਿਆ ਕਿ ਇਹ ਵਿਖਾਉਂਦਿਆਂ ਰਹਿਣਾ, ਅਤੇ ਮਾਸ਼ਾਅੱਲਾ ਸ਼ੌਕ ਕਰਾਉਂਦਿਆਂ ਰਹਿਣਾ ਭਰਾਵਾਂ ਨੂੰ। ਬਾਹਰ ਬੈਠੇ ਓਵਰਸੀਜ਼ ਪਾਕਿਸਤਾਨੀ ਭਰਾ ਅੱਛਾ ਰਿਸਪੋਂਸ ਦਿੰਦੇ ਨੇ, ਪਾਕਿਸਤਾਨ ਵਾਲੇ ਅੱਛਾ ਰਿਸਪੋਂਸ ਦਿੰਦੇ ਨੇ। ਜਿੱਥੇ ਉਰਦੂ ਜ਼ਬਾਨ ਪੰਜਾਬੀ ਬੋਲੀ ਜਾਂਦੀ ਹੈ, ਜਿੱਥੇ ਸਮਝੀ ਜਾਂਦੀ ਹੈ, ਉਹ ਸਾਰੇ ਅੱਛਾ ਰਿਸਪੋਂਸ ਦਿੰਦੇ ਨੇ ਮੇਰਾ ਭਰਾ ਜੀ। ਭਾਈ ਆਰਡਰ ਵੇਖ ਕੇ, ਗਾਵਾਂ ਦੀ ਕੁਆਲਿਟੀ ਵੇਖ ਕੇ ਦਿਲ ਖੁਸ਼ ਹੋ ਜਾਂਦਾ, ਔਰ ਮੈਂ ਹਰ ਵੀਡੀਓ ਦੱਸਦਾ ਕਿ ਪਹਿਲੇ ਤੋਂ ਬਿਹਤਰ ਜਾਨਵਰ ਨਾ ਤੁਹਾਨੂੰ ਮਿਲਦੇ। ਇਸ ਲਾਡ ਦੇ ਵਿੱਚ ਮਾੜੀ ਨਜ਼ਰ ਆਈ ਹੈ? ਕੋਈ ਨਹੀਂ ਮਾੜੀ, ਕਈ ਉਹ ਵਿਖਾ ਜਿਹਦਾ ਕਾਟਾ ਲਾਡਰ ਨਾ ਹੋਵੇ ਨਾ। ਅਦਰ ਤੇ ਫਿਰ ਇੰਪੋਰਟਡ ਗਾਂ ਵੇ, ਕਾਟਾ ਲਾਡਰ ਕਿਉਂ ਨਹੀਂ? ਇਹ ਹੁੰਦਾ ਜੀ ਜਨਾਬ, ਕਾਟਾ ਵਾਲੇ ਲਿਬਾਸ ਹਰ ਗਾਂ ਕੋਲ ਹੋਏਗਾ। ਇਹ ਗੱਲ ਮੈਂ ਤੁਹਾਨੂੰ ਪਹਿਲੇ ਕਲੀਅਰ ਕੀਤੀ ਹੈ ਕਿ ਜਦੋਂ ਵੀ ਤੁਸੀਂ ਜਾਨਵਰ ਖਰੀਦਣ ਜਾਓ, ਚੰਦ ਚੀਜ਼ਾਂ ਤੇ ਫੋਕਸ ਕਰਿਆ ਕਰੋ। ਗਾਂ ਦਾ ਲੈਗ ਸਕੋਰ ਕੀ ਹੈ, ਹਾਈਟ ਵੇਟ ਕੀ ਹੈ, ਪੁੱਠਾ ਕੀ ਹੈ, ਇਹ ਵੇਖੋ ਜੀ। ਉਹਨੂੰ ਬਲੋਚ ਇੱਥੇ ਖਲੋ ਜੀ ਜੀ, ਲਾਈਨ ਲੱਗੀ ਪਈ ਜੇ, ਇਹ ਚੈੱਕ ਕਰ ਲਓ, ਬਲੋਚ ਨਾਲ ਖਲੋਤਾ ਜੀ, ਸ਼ੋਕ ਕਰ ਲਓ, ਇੱਕ ਇੱਕ ਵੈੜ ਮਾਸ਼ਾ ਵੇਖਦੇ ਜਾਓ, ਜਰਾ ਜ਼ਿੰਦਾਬਾਦ ਹੋ ਗਿਆ ਬਲੋਚ। ਗੱਲ ਵੀ ਖੁੱਲੀ, ਬੜੀ ਮਸ਼ਹੂਰ ਮਿਸਾਲ ਹੈ, ਖਰਚਿਆਂ ਨਾਲ ਚਰਚੇ, ਖਰਚਿਆ ਕਰੋਗੇ ਤਾਂ ਚਰਚੇ ਆਉਣਗੇ, ਹੈ ਖਰਚੇ ਦੇ ਨਾਲ ਚਰਚੇ ਜੀ। ਮਾਸ਼ਾਅੱਲਾ, ਸਾਡੇ ਜਾਨਵਰ ਗਰਾਉਂਡ ਦੇ ਉੱਪਰ ਮੋੜ ਵੀ ਖਾ, ਕੋਈ ਕਮੀ ਹੈ ਤਾਂ ਮੈਂ ਦੱਸ। ਨਾ ਨਾ, ਕਮੀ ਵਾਲੀ ਗੱਲ ਕੋਈ, ਦੁੱਧ ਘਟੋ ਘਾਟ ਤੇ ਵਧੋ ਵੱਧ ਕਿੰਨਾ? 5+ ਹੈ ਜਾਨਵਰ ਸਾਰੇ, 5 ਲੀਟਰ ਦੀ ਸਾਡੀ ਗਾਰੰਟੀ ਹੈ, ਘਟੋ ਘਾਟ 5। ਲਓ ਜੀ, 5 ਤੋਂ ਉੱਤੇ ਜੇ 26, 27, 28, 30 ਲੀਟਰ ਜੀ ਆ, ਠੀਕ ਹੈ। ਮਹੀਨੇ ਦੇ ਅੰਦਰ ਅੰਦਰ ਦੀਆਂ ਸੂਈਆਂ, ਆਪਣਾ ਹਰ ਤਰ੍ਹਾਂ ਦਾ ਰਿਕਾਰਡ ਮੌਜੂਦ ਹੈ, ਪੂਰਾ ਇਹਨਾਂ ਦਾ ਡਾਟਾ ਹੀ ਮਿਲ ਜਾ ਸੀ। ਆਪਣਾ ਡਾਕਟਰ, ਮੈਂ ਹਰ ਵੀਡੀਓ ਦੱਸਣਾ ਭਾਈ, ਆਪਣਾ ਡਾਕਟਰ ਨਾਲ ਲਾਇਆ, ਉਹ ਇੱਥੇ ਸਪੋਰਟ ਕਰੋ, ਰਿਹਾਇਸ਼ ਖਾਣਾ ਮਿਲੇਗਾ, ਠੀਕ ਹੈ, 3-4 ਚੁਆਈਆਂ ਕਰਕੇ ਤਸੱਲੀ ਕਰਕੇ ਜਾਨਵਰ ਲੈ, ਜਾਨਵਰ ਓਕੇ ਕਰ ਸੋ, ਜਿਹੜਾ ਜਾਨਵਰ ਤੁਹਾਨੂੰ ਸਮਝ ਆਉਂਦਾ। ਬਲੋਚ ਸਾਹਿਬ, ਇੱਕ ਜਾਨਵਰ ਲੈਣ ਆਉਂਦਾ ਭਰਾ, ਦੋ ਜਾਨਵਰ ਲੈਣ ਆਉਂਦਾ, ਉਹ ਆਖਦਾ ਕਿ ਮੈਂ 3-4 ਜਾਨਵਰਾਂ ਚ ਸਿਲੈਕਟ ਕਰਨਾ, ਜਿੱਦਾਂ ਮੈਨੂੰ ਦੁੱਧ ਵੱਲ ਲੱਗਦਾ, ਵੱਧ ਲੱਗਦਾ, ਮੈਂ ਉਹ ਲੈ ਪੈਣੀ। ਇਹ ਹੋ ਸਕਦਾ ਜਾਨੀ ਭਾਈ, ਮੈਂ ਪੂਰੇ ਫਾਰਮ ਨੂੰ ਮਿਲ ਕੇ ਕਰਵਾ ਸਕਦਾ ਤੇ ਮਰਜ਼ੀ ਨਾਲ ਕਾਢ ਲਵਾਂ? ਉਹ ਤੇਰੀ ਖੈਰ, ਤੇਰੀ ਖੈਰ, ਗੱਲ ਮੁੱਕ ਗਈ ਜੀ, ਜਵਾਬ ਲੱਭ ਗਿਆ। ਹੁਣ ਵੇਖੋ ਇੱਥੇ ਗੱਲ ਕੀ ਹੈ, ਜਿਸ ਭਰਾ ਨੇ ਆਉਣਾ ਮਿਲਕਿੰਗ ਵਾਲੇ ਟਾਈਮ ਤੇ ਆ ਜਾਵੇ, ਤੇ ਜਿੱਦਾਂ ਦੁੱਧ ਚੰਗਾ ਵੱਧ ਲੱਗੇ, ਜਿਹੜੀਆਂ ਗਾਵਾਂ 5 ਪਸੰਦ ਕਰੇ, ਉਹਨਾਂ ਚੋਂ ਇੱਕ ਵੀ ਲੈਣੀ ਹੋਵੇ, ਤੇ ਬਲੋਚ ਨੇ ਗੱਲ ਕਰ ਛੱਡੀ ਹੈ ਕਿ ਮੈਂ ਉਹ ਇੱਕ ਗਾਂ ਵੀ ਉਸ ਨੂੰ ਦੇ ਦੇਸਾਂ, ਤਾਂ ਮੈਂ ਸਾਰੀਆਂ ਦੀ ਚੁਆਈ ਕਰਾਉਣੀ ਪੈ ਜਾਵੇ, ਤੇ ਜੇ ਅੰਜ ਦੀਆਂ ਬਲੱਡ ਲੈਣਾ ਹੋਵਨ ਤਾਂ ਫਿਰ ਸ਼ੌਕ ਪੂਰੇ ਕਰਾਣੇ। ਇਹ ਬੱਚੀ ਡੇਰੀ ਦੇ ਕੰਮ ਹੈ ਬਲੋਚ ਜੀ, ਰੇਟ ਦਾ ਬਾਰੇ ਜ਼ਰਾ ਸੋਚ, ਇੱਕ ਹੀ ਗੱਲ ਕਰ, ਫਾਈਨਲ ਦੀ ਗੱਲ ਕਰੀ ਕਿ ਹਾਂ ਤੇ ਨਾ ਵਾਲੀ ਗੱਲ ਹੋਵੇ। 6,50,000 ਦਾ ਪੁੱਠਾ ਤੇ ਓਪਨ ਸਿਲੈਕਸ਼ਨ, ਉਹ ਤੇਰੀ ਖੈਰ, 6.25 ਨੂੰ ਓਪਨ ਸਿਲੈਕਸ਼ਨ ਜੀ ਆ, ਤੇ ਜੇ 5 ਲਵੀਏ ਇਕੱਠੀਆਂ 6-15
ਬਲੋਚ ਅੱਜ ਦੇ ਰਿਹਾ ਸਿੰਗਲ ਸਿਲੈਕਸ਼ਨ ਦੇ ਉੱਤੇ 6 ਲੱਖ ਤੇ 25,000 ਸਵਾ 6 ਲੱਖ ਨੂੰ ਇਹ ਕੱਦ ਕਾਠ ਦਾ ਜਾਨਵਰ ਬਲੋਚ ਇੱਕ ਵਾਰੀ ਇਸ ਵੈਰ ਨੂੰ ਕਲਿਆਂ ਤੋੜ ਕੇ ਵਿਖਾਣਾ ਮੈਂ ਕਿਉਂਕਿ ਜਿਹੜੀ ਮੈਨੂੰ ਇਹਦੀ ਫੇਸ ਦੀ ਕੁਆਲਿਟੀ ਲੱਗੀ ਹੈ, ਜਿਹੜੀ ਮੈਨੂੰ ਇਹਦੇ ਕੋਲ ਬਲੱਡ ਲਾਈਨ ਲੱਗੀ ਹੈ, ਬਰੀਡ ਲੱਗੀ ਹੈ, ਉਹ ਦੱਸ ਰਹੀ ਹੈ ਕਿ ਚੀਜ਼ ਕੀ ਹੈ। ਮੈਂ ਤੁਹਾਨੂੰ ਪਰਲੀਆਂ ਵੈੜਾਂ ਵੀ ਵਿਖਾਉਣਾ, ਸ਼ੋਅ ਕਰਾਉਣਾ, ਉਸ ਵੈਰ ਦਾ ਸ਼ੋਅ ਜ਼ਰੂਰੀ ਹੈ। ਇਹ ਚੀਜ਼ ਜੇ ਹੈ ਫੇਸ ਬਿਊਟੀ ਬਲੱਡ ਲਾਈਨ 6.25 ਲੱਖ ਨੂੰ ਪੁੱਠਾ, ਅਤੇ ਜੇਕਰ ਕੋਈ 5 ਇਕੱਠੀਆਂ ਲਵੇਗਾ ਤਾਂ ਵੱਟੀ ਡੇਰੀ ਤੋਂ ਲੱਭਣਗੀਆਂ 6 ਲੱਖ ਅਤੇ 15,000 ਨੂੰ ਬਰੀਡ ਇੱਥੇ ਮਿਲੇਗੀ, ਪੂਰੀ ਕੁਆਲਿਟੀ ਮਿਲੇਗੀ ਪੂਰੀ, ਅਤੇ ਹਰ ਤਰ੍ਹਾਂ ਦਾ ਮਾਲ ਦਸਤਿਆਬ ਹੈ। ਬਲੋਚ ਬਰਾਵਾਂ ਲਈ ਕੋਈ ਆਪਸ਼ਨ ਕੀ ਹੈ? ਮੌਕੇ 'ਤੇ ਆ ਕੇ ਚੁਆਈ ਕਰਨੀ ਬੈਟਰ ਨਹੀਂ? ਕੋਈ ਇਸ਼ੂ ਨਹੀਂ, 2 ਟਾਈਮ ਦੀ ਚੁਆਈ ਵੀ ਕਰਾਈ, 4 ਚੁਆਈਆਂ ਕਰ ਲੈਣ, ਜ਼ਿੰਦਾਬਾਦ ਹੋ ਗਿਆ। 5 ਲੀਟਰ ਦੀ ਗਾਰੰਟੀ ਦਿੱਤੀ ਹੈ, 6,25,000 ਡਿਮਾਂਡ ਕੀਤੀ ਹੈ, 7.5 ਲੱਖ ਨਹੀਂ ਕੀਤੀ, ਦਾਅ ਨਹੀਂ ਲਾਉਣਾ ਕਿਸੇ ਨੂੰ, 6.25 ਦੇ ਵਿੱਚ 5 ਲੀਟਰ ਚੁਆ ਕੇ ਦੇਣਾ ਤੇ ਮਹੀਨੇ ਦੇ ਅੰਦਰ ਅੰਦਰ ਸੂਈਆਂ ਵਹਿਣਾ। ਇਸ ਚਾਈ ਦੀ ਵੀਡੀਓ ਦੀ ਪਹਿਲੀ ਲਾਟ ਬੱਟੀ ਡੇਰੀ ਫਾਰਮ ਮੌਕੇ 'ਤੇ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ। ਚਲਦੇ ਆ ਲਾਟ ਨੰਬਰ 2 ਦੀ। ਦੋਸਤੋ ਜੀ, ਅੱਜ ਲਾਟ ਨੰਬਰ 2 ਦੇ ਵਿੱਚ ਤੁਹਾਡੇ ਸਾਹਮਣੇ ਮਾਸ਼ਾ ਜੀ ਮੈਂ ਕਲੋਜ਼ਅਪ ਦੇ ਜਾਨਵਰ ਲੈ ਕੇ ਆਇਆ। ਕਈ ਭਾਈ ਦੋਸਤਾਂ ਨੇ ਪਿਛਲੀ ਵੀਡੀਓ 'ਚ ਵੀ ਮੈਨੂੰ ਕਾਲ ਕੀਤੀ ਸੀ ਕਿ ਜਾਨੀ ਬਾਈ ਅਸੀਂ ਗੱਬੜਾਂ ਲੈਣੀਆਂ ਸਨ, ਵੀਡੀਓ 'ਚ ਗੱਬੜਾਂ ਨਹੀਂ ਵਿਖਾਈਆਂ। ਯਾਰ ਵੀਡੀਓ ਪੂਰੀ ਵੇਖਿਆ ਕਰੋ, ਹਰ ਤਰ੍ਹਾਂ ਦਾ ਮਾਲ ਵੀਡੀਓ 'ਚ ਮੌਜੂਦ ਹੁੰਦਾ, ਲਾਟ ਦੇ ਲਾਟ ਦਾ ਹਿਸਾਬ ਲਾਈਦਾ। ਪਹਿਲੀ ਅੱਜ ਮਿਲਕਿੰਗ ਵਿਖਾ ਕੇ ਮੈਂ ਦੂਜੀ ਤੁਹਾਨੂੰ ਡਰਾਈ ਪ੍ਰੈਗਨੈਂਟ ਦੀ ਲਾਟ ਵਿਖਾ ਰਿਹਾ ਵਾ, ਜਿਹਨੂੰ ਕਹਿੰਦਾ ਗੱਬੜਾਂ ਤਿਆਰ ਵੱਛੀਆਂ ਤਿਆਰ ਜਾਨਵਰ। ਇਹ ਲਾਟ ਜਿਹੜੀ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਹੈ ਔਰ ਬੱਟੀ ਡੇਰੀ ਫਾਰਮ ਦੇ ਉੱਤੇ ਖਲੋਤੇ ਆ, ਤਕਰੀਬਨ ਕੋਈ 12-15 ਜਾਨਵਰ ਨਜ਼ਰ ਆ ਰਹੇ ਨੇ। ਪੂਰੀ ਡਿਟੇਲ ਕੀ ਹੈ ਬਲੋਚ ਸਾਹਿਬ ਕੋਲ ਲੈਣਾ? ਬਲੋਚ ਸਾਹਿਬ, 12-15 ਐਨੀਮਲਸ ਨਜ਼ਰ ਆ ਰਹੇ ਨੇ, 2, 4, 6, 8, 10, 12, 14, 15, 16, ਤਕਰੀਬਨ ਰਾਊਂਡ ਅਬਾਊਟ 15-14-15 ਜੀ ਆ। ਸੈਕੰਡ ਟਾਈਮ ਇਹਨਾਂ ਨੇ ਸਾਰੀਆਂ ਜੀ ਆ? ਸੈਕੰਡ ਟਾਈਮ। ਕੋਈ ਫਸਟ ਟਾਈਮਰ? ਇੱਕ ਜਾਨਵਰ। ਤਿੱਲੜ ਕੋਈ? ਕੋਈ ਨਾ। ਕੋਈ ਕਿਸੇ ਕਿਸਮ ਦਾ ਇਸ਼ੂ ਵਾਲਾ ਜਾਨਵਰ? ਕੋਈ ਨਾ। ਤੁਰਨ ਫਿਰਨ 'ਚ ਮਸਲਾ ਹੋਵੇ ਉੱਠਣ ਦੀ, ਉਹ ਬਾਹਰ ਹੈ। ਇੱਥੇ ਸਿਲੈਕਸ਼ਨ ਦਾ ਪੂਰਾ ਨਿਜ਼ਾਮ ਹੈ, ਇੱਥੇ ਓਪਨ ਸਿਲੈਕਸ਼ਨ ਹੋਣੀ ਹੈ, ਡਾਕਟਰ ਆਪਣਾ ਨਾਂ ਲੈਣ, 8 ਮਹੀਨੇ ਤੋਂ ਥੱਲੇ ਪ੍ਰੈਗਨੈਂਟ ਕੋਈ, 8 ਤਵਕਾਂ ਅੱਜ ਤਰੀਕ ਹੈ, 8 ਮਹੀਨੇ ਤੋਂ ਰੈਡੀ ਟੂ ਕਾਮਿੰਗ ਜੀ ਆ। ਕਲੋਜ਼ ਅਪ ਵਾਲੇ ਉਹਨੂੰ ਹੈ 2 ਸਦੀ 1 ਮਹੀਨਾ ਕੱਢਦੀਆਂ ਵੈੜਾਂ, ਅਭੀ ਖਾਨ ਬਿਆਵਾਂ ਨੂੰ ਪਿੱਛੇ 8 ਤੋਂ ਉੱਤੇ ਵਾਲੀਆਂ ਸਾਰੀਆਂ, ਇਹ ਤਾਂ ਜ਼ਰੂਰ ਵਿਖਾਣਾ ਹੈ ਕਿਉਂਕਿ ਜਾਨਵਰ ਅਲੇ ਲਾਏ ਪੈਣਾ ਸਟਾਰਟ ਹੋ ਗਏ। ਇਹ ਵੇਖੋ ਨਾ ਜੀ, ਲਾਏ ਪੈਣਾ ਸਟਾਰਟ ਹੋ ਗਏ, ਜਦੋਂ ਲਾਏ ਪੈਣਾ ਸਟਾਰਟ ਇਹ ਵੀ ਤਕਰੀਬਨ ਲਾਣਾ ਸ਼ੁਰੂ ਕਰ ਦਿੱਤਾ ਗਿਆ। ਜਰਸੀ ਖਲੋਤੀ ਹੈ ਬੜੀ ਵੱਡੀ। ਦੋਤੋ ਜੀ, ਜਿਹੜੇ ਜਾਨਵਰ ਲਾਏ ਪੈਣਾ ਸਟਾਰਟ ਹੁੰਦੇ ਨੇ ਉਹਨਾਂ ਦੀਆਂ ਵੇਖੋ ਨਾ ਜਗ੍ਹਾ ਦੱਸ ਦਿੰਦੀਆਂ ਕਿ ਇਹ ਹੁਣ ਲਾਏ ਪੈਣਾ ਸਟਾਰਟ ਹੋ ਗਏ ਜੀ, ਬਿਲਕੁਲ ਹੋ ਗਏ। ਇਹਦੇ 'ਚ ਕੁਝ ਜਾਨਵਰ ਰਹਿੰਦੇ ਨੇ ਜਰਸੀ, ਵੇਖੋ ਜੀ ਇਹ ਵੀ ਤਕਰੀਬਨ ਕੋਈ ਹੁਣ 10 ਦਿਨਾਂ ਦੇ ਅੰਦਰ ਡਿਲੀਵਰ ਹੋ ਗਈ, ਤਕਰੀਬਨ ਇੰਨੇ ਹੀ ਰਹਿ ਗਏ ਜੀ। ਬਲੋਚ ਜੀ, ਜਾਨੀ ਬਾਈ ਜਾਨਵਰ ਸਰ ਗੱਲ ਕਰਨੀ ਹੈ, ਸਾਡੇ 7-7 ਲੱਖ ਰੇਟ ਪਿਆ ਲੱਗਦਾ ਜੀ ਗਬੜਾਂ ਦੇ ਜੀ ਆ, ਲੱਗਦੇ ਨੇ ਕੋਈ ਸ਼ੱਕ ਨਹੀਂ, ਤਿਆਰ ਜਾਨਵਰ ਹੋਵਨ। ਐ ਜਰਸੀ ਕੱਲੀ ਕਾਕੇ, ਜਰਸੀ ਕੱਲੀ ਬਾਹਰ ਕੱਢੀ ਇੱਕ ਵਾਰ, ਟੋਰੀ ਜਰਸੀ ਨੂੰ ਟੋਰੀ ਦਾ ਦੇ ਛੱਡਣਾ ਨਾ। ਮੁਖਤਸਾਰ ਗੱਲ ਕਰੀ ਜੀ, ਮੁਖਤਸਾਰ ਜੀ ਸਮਝਣ ਵਾਲੀ ਵੀ ਹੋਵੇ ਸੋਹਣੀ ਨੂੰ। ਐ ਜਰਸੀ ਦੇਖੋ ਜੀ, ਵੱਡਾ ਜਾਨਵਰ ਹੈ ਬਲੋਚ, ਚੰਗੀ ਤਗੜੀ ਕੱਦ ਬੋਤਲੀ ਬਲੱਡ ਲੈਣ ਦੀ ਪੂਰੀ ਨਯਾਬ ਤੋਹਫਾ ਹੈ। ਕਿੰਨੇ ਦੀ ਬਲੋਚ? ਫੀ ਪੁੱਠਾ ਫੀ ਨਾ 6,50,000 ਦਾ ਪੁੱਠਾ ਓਪਨ ਸਿਲੈਕਸ਼ਨ। ਯਾਰ ਇੰਪੋਰਟਡ ਗਾਵਾਂ ਦੇ ਫਾਰਮ ਚ ਆ ਮੈਂ ਜੀ ਆ, ਪੱਕੀ ਗੱਲ, ਪੱਕੀ ਕਿਸੇ ਕਿਸਮ ਦਾ ਕੋਈ ਇਸ਼ੂ ਨਹੀਂ।
ਕਿਸੇ ਕਿਸਮ ਦਾ ਕੋਈ ਇਸ਼ੂ ਨਹੀਂ, ਹਰ ਤਰ੍ਹਾਂ ਦੀ ਗਰੰਟੀਆਂ ਨੇ। ਯਾਰਾ ਤੁਸੀਂ ਨਿਜ਼ਾਮ ਚੈੱਕ ਕਰੋ ਮਾਸ਼ਾਅੱਲਾ ਜੀ, ਪਾਣੀ ਦਾ ਨਿਜ਼ਾਮ ਚੈੱਕ ਕਰੋ, ਕੈਸਾ ਸਾਫ਼ ਸੁਥਰਾ ਮਾਹੌਲ ਪ੍ਰੋਵਾਈਡ ਕੀਤਾ ਗਿਆ। ਇਹ ਤੁਸੀਂ ਵਿੱਚ ਵੇਖ ਰਹੇ ਹੋ, ਇਹ ਸਿਰਫ ਔਰ ਸਿਰਫ ਜਦੋਂ ਸਾਈਲੇਜ ਖਾ ਕੇ ਆਉਂਦੀਆਂ ਨੇ ਉਹ ਹੋਏ, ਬਾਕੀ ਸਾਫ਼ ਸੁਥਰਾ ਪਾਣੀ 24 ਘੰਟੇ ਦਸਤਿਆਬ ਰੱਖਣਾ ਚਾਹੀਦਾ ਜਾਨਵਰਾਂ ਨੂੰ। ਬਲੋਜ ਸਾਹਿਬ, ਪਾਣੀ ਜਾਨਵਰਾਂ ਦੀ ਬੜੀ ਜ਼ਰੂਰਤ ਹੈ, ਕਹਿ ਸੀ ਮੇਨ ਖੁਰਾਕ ਹੈ। ਮੈਂ ਤਾਂ ਭੱਠਿਆਂ ਨਾਲੋਂ ਵੀ ਚਾਰੇ ਨਾਲੋਂ ਵੀ ਪਾਣੀ ਹੋਣਾ ਨਾ ਜ਼ਰੂਰੀ ਹੈ। ਮਾਸ਼ਾਅੱਲਾ, ਫਿਰ ਮਾਸ਼ਾਅੱਲਾ ਕਰਨੀ ਚਾਹੀਦੀ ਨਾ, ਅੱਛੀ ਅੱਛੀ ਗੱਲ ਹੈ। ਕਿੰਨੇ ਦਾ? 6.5 ਦਾ ਪੁੱਠਾ ਜੀ। ਆ ਸਿਲੈਕਸ਼ਨ ਓਪਨ ਸਿਲੈਕਸ਼ਨ ਸਿੰਗਲ ਤੇ 6.5 ਕਿਸੇ ਮੇਰੇ ਵਿਰਾਨ ਪਸੰਦ ਆਵੇ ਮਰਦੀ ਨਾਲ ਕੱਢ ਲੈ 5 ਜਾਨਵਰ 6,30,000 ਦਾ। 3 ਜਾਨਵਰ ਬਲੋ ਜਾਇ ਅੱਜ ਜਾਨ ਦੇ 3 ਜਾਨਵਰ ਖੁਸ਼ੀ ਯਾਰ ਜਾਨ ਦੋ ਤੋਂ ਜੀ 3 ਜਾਨਵਰ ਕੋਈ ਵੀ ਮਰਜ਼ੀ ਦਾ ਕਰ ਸਕਦੇ ਹੋ 6,30,000 ਨੂੰ, ਜੇ ਸਿੰਗਲ ਸਿਲੈਕਸ਼ਨ ਕਰਸੋ ਤੇ 6,50,000 ਨੂੰ। ਬਲੋਚ ਡੇਰੀ ਤੇ ਭੱਟੀ ਡੇਰੀ ਇੰਜੇ ਸਮਝੋ ਮਾਸ਼ਾਅੱਲਾ ਜੀ, ਬਲੋਚ ਐਂਡ ਭੱਟੀ ਡੇਰੀ ਫਾਰਮ ਤੁਸੀਂ ਕਰ ਲਓ ਜੀ ਗੱਲ ਨੂੰ, ਕਿਉਂਕਿ ਐਡਮਨ ਇਸ ਟਾਈਮ ਬਲੋਚ ਸਾਹਿਬ ਨੇ ਤਾਂ ਬਲੋਚ ਸਾਹਿਬ ਪਿਛਲਾ ਐਡੀਆਂ ਐਡੀਆਂ ਜਰਸੀਆਂ ਹੁਣ ਤੁਹਾਡੇ ਸਾਹਮਣੇ ਮੌਜੂਦ ਨੇ, ਤੇ ਮੌਕੇ ਤੇ ਆ ਕੇ ਚੁਆਈਆਂ ਕਰਕੇ ਸਲੀਆਂ ਕਰਕੇ ਲੈ ਜਾਓ ਜੀ। ਚਲਤੇ ਅਗਲੀ ਖੂਬਸੂਰਤ ਲਾਟ ਜੀ। ਦੋਸਤੋ ਜੀ, ਲਾਸਟ ਲਾਟ ਵੀਡੀਓ ਦੀ ਮਿਲਕਿੰਗ ਪਲੱਸ ਪ੍ਰੈਗਨੈਂਟ ਆਮ ਲਫਤਾਂ ਹੀ ਦੱਸਾਂ, ਤੇ ਗਬਣਾ ਵੀ ਤੇ ਅੱਗੋਂ ਦੁੱਧ ਵਾਲੀਆਂ ਵੀ ਅਸੀਂ ਇਹਨਾਂ ਨੂੰ ਆਖਦੇ ਹਾਂ ਖਾਂਗੜਾ ਗਬਣਾ। ਕਿਉਂ? ਕਿਉਂਕਿ ਇਹਨਾਂ ਕੋਲ ਦੁੱਧ ਦੀ ਕਪੈਸਿਟੀ ਵੀ ਚਲਦੀ ਹੈ, ਕਿਉਂਕਿ 6 ਮਹੀਨੇ 7 ਮਹੀਨੇ ਜਾ ਕੇ ਡਰਾਈ ਹੋ ਜਾਂਦੀਆਂ। ਜਦੋਂ ਡਾਕਟਰ ਪਾਸ ਹੋ ਜਾਂਦਾ ਤਾਂ ਫਿਰ ਇਹਨਾਂ ਦੀ ਇੱਕ ਲਾਟ ਹੀ ਅਲੱਗਦਾ ਕਰ ਦਿੱਤੀ ਜਾਂਦੀ ਹੈ। ਵੰਡਾ ਥੋੜ੍ਹਾ ਜਿਹਾ ਹੋਰ ਹਿਸਾਬ 'ਚ ਇਹਨਾਂ ਨੂੰ ਚੱਲਦਾ ਹੈ। ਜਿਹੜੀਆਂ ਮੇਨ ਹੁੰਦੀਆਂ ਨੇ ਨਾ ਮੇਨ ਗਾਵਾਂ ਫਰੈਸ਼, ਉਹਨਾਂ ਨੂੰ ਵੰਡਾ ਹੋਰ ਹਿਸਾਬ ਦਾ ਲੱਗਦਾ, ਤੇ ਜਿਹੜੀਆਂ ਇਹ ਇਹਨਾਂ ਨੂੰ ਵੰਡਾ ਹੋਰ ਹਿਸਾਬ ਦਾ ਲੱਗਦਾ, ਕਿਉਂਕਿ ਜਦੋਂ ਜਾਨਵਰ ਹੀਟ 'ਚ ਆਉਣਾ ਹੋਵੇ ਫਿਰ ਵੰਡਾ ਘਟਾਉਂਦੇ ਵਧਾਉਂਦੇ ਨੇ, ਬੜੇ ਇਹਦੇ ਨਾਲ ਹੁੰਦਾ ਜਿਹੜਾ ਸਮਝ ਜਾਵੇ। ਲੋ ਜੀ, 1 ਜਰਸੀ, 2 ਨੰਬਰ ਜਰਸੀ, ਵਾਹ ਜੀ ਵਾਹ, ਵੱਡੀਆਂ ਵਾ। ਤਿੱਲੜ ਤਾਂ ਨਹੀਂ? ਇੱਕ ਤਿੱਲੜ ਵੀ ਹੈ, ਨਜ਼ਰ ਆ ਗਈ ਜੀ, ਨਜ਼ਰ ਆ ਗਈ। ਜਿਹੜੀ ਗੱਲ ਹੋਏਗੀ ਬਲੋਚ ਇਨਸ਼ਾਅੱਲਾ ਤਾਲਾ ਕਲੀਅਰ ਦੱਸੇਗਾ। ਮੈਂ ਉੱਥੋਂ ਇਸ ਬੱਚੀ ਨੂੰ ਵੇਖ ਰਿਹਾ, ਮੈਂ ਕਿਹਾ ਬੱਚੀ ਦੇ ਪਿੱਛੇ ਜਾਣਾ, ਥੋੜ੍ਹੇ ਨਾਪੀ ਧੋਪੀ ਨਹੀਂ, ਇਹ ਜਾਣੀ ਕਿ ਥੋੜ੍ਹਾ ਬੈਠੀ ਉੱਠੀ ਹੈ ਦੇਰ ਦੇ ਉੱਤੇ, ਪਹਿਲਾਂ ਤਾਂ ਨਹੀਂ ਦੂਜੀ ਵਾਰੀ ਅੱਗੋਂ ਪ੍ਰੈਗਨੈਂਟ ਹੈ। ਕਿੰਨੇ ਮਹੀਨੇ ਦੀ ਹੈ ਬਲੋਚ? 4 ਮਹੀਨੇ ਦੀ ਅੱਗੋਂ ਪ੍ਰੈਗਨੈਂਟ ਹੈ। ਦੁੱਧ ਕਿੰਨਾ? ਦੁੱਧ 20 ਲੀਟਰ ਹੈ। ਜਿਹੜੀਆਂ 5 ਮਹੀਨੇ ਤੋਂ ਥੱਲੇ ਦੀਆਂ ਪ੍ਰੈਗਨੈਂਟ ਉਹਨਾਂ ਕੋਲ ਦੁੱਧ ਕਿੰਨਾ? 5 ਤੋਂ ਥੱਲੇ ਦੀਆਂ ਯਾਨੀ ਬਾਈ 12 ਲੀਟਰ ਤੋਂ ਲੈ ਕੇ 20 ਲੀਟਰ, 12 ਤੋਂ 20 ਤੱਕ, ਯਾਨੀ ਕਿ 6ਵੇਂ 7ਵੇਂ ਚ ਉਹਨਾਂ ਕੋਲ 10-12 ਲੀਟਰ। ਕੋਈ ਜਾਨਵਰ ਐਸੇ ਜਿਹੜੇ ਡਰਾਈ ਪਹੁੰਚ ਗਿਆ? ਡਰਾਈ ਪਹੁੰਚੇ ਹੋਏ ਜਾਨਵਰ ਵੀ ਵੀਡੀਓ 'ਚ ਮੌਜੂਦ ਨੇ। ਵੰਡਾ ਇਹਨਾਂ ਦਾ ਮੈਂ ਬੰਦ ਕੀਤਾ ਹੋਇਆ, ਵੰਡਾ ਬੰਦ ਹੈ। ਮੈਂ ਅੱਗੇ ਬ੍ਰਾਹਮਣ ਨੂੰ ਦੱਸ ਰਿਹਾ ਸੀ ਵੰਡੇ ਦੀ ਮਿਕਦਾਰ, ਤੁਸੀਂ ਜਿਹੜੇ ਫਾਰਮਰ ਕੋਲ ਜਾਨਵਰ ਲੈਂਦੇ ਹੋ, 6ਵੇਂ ਮਹੀਨੇ ਪਹੁੰਚ ਗਿਆ। 6ਵੇਂ ਮਹੀਨੇ 'ਚ ਕਨਫਰਮ ਹੈ। ਕਲਾਸ ਕੁਆਲਿਟੀ ਦੇ ਉੱਤੇ ਫੋਕਸ ਹੈ, ਬਰੀਡ ਤੇ ਫੋਕਸ ਹੈ, ਔਰ ਮਿਆਰ ਤੇ ਫੋਕਸ ਹੈ। ਜਿਹੜੇ ਮੇਰੇ ਬਰਾਹ ਦੇ ਨਾ ਕਿ ਅਸੀਂ ਕੱਦ ਬਹੁਤ ਹਾਈਟਾਂ ਤੇ ਵੇਟ ਤੇ ਚੰਗਾ ਦੁੱਧ ਲੈਣਾ ਹੈ, ਇਹ ਸਾਹਮਣੇ ਖਲੋਤੀਆਂ। ਅੱਜ ਮੈਂ ਸੁਣਿਆ ਮਿਲਕਿੰਗ ਪਲੱਸ ਪ੍ਰੈਗਨੈਂਟ ਦਾ ਰੇਟ ਅੱਜ ਤੱਕ ਨਹੀਂ ਲੱਗਾ, ਉਹ ਲੱਗਣਾ। ਨਹੀਂ ਕੋਈ ਨਹੀਂ, ਐਡੀ ਲੋਟ ਪਈ ਖਰੀ। ਨਹੀਂ ਨਹੀਂ, ਜਾਇਜ਼ ਜਾਓਗੇ, ਜਾਇਜ਼ ਜਾਓਗੇ। ਮੁਖਤਸਰ ਗੱਲ ਹੈ, ਅੱਜ ਤਾਂ ਛੱਡਣ ਛਡਾਉਣ ਕੋਈ 5,000 ਫਰਕ ਹੋਵੇ, ਉਹ ਵੀ ਬ੍ਰਾਹਮਣ ਕਿਰਾਏ ਦਾ ਰੋਲਾ ਪਾਵਨ ਤੇ ਛੱਡਣ ਛਡਾਉਣ ਨਾ ਵਿਓ ਰੇਟ ਦੇ ਦੇ। 5,40,000 ਦਾ ਪੁੱਠਾ ਲਾ ਦੇ ਫੀ ਜਾਨਵਰ ਸਿਲੈਕਸ਼ਨ ਦੇ ਉੱਤੇ। ਦੋਸਤੋ ਜੀ, ਘਟੋ ਘੱਟ 4 ਮਹੀਨੇ ਦੀ ਪ੍ਰੈਗਨੈਂਟ, ਘਟੋ ਘੱਟ ਕਿ 3 ਮਹੀਨੇ ਵਾਲੀ ਵੀ ਹੈ, ਘੱਟ ਤੋਂ ਘੱਟ 3 ਤੋਂ ਵੱਧ ਤੋਂ ਵੱਧ 5, 3 ਤੋਂ 5 ਮਹੀਨੇ ਦੀਆਂ ਗੱਭਣਾ, 12 ਤੋਂ 20 ਲੀਟਰ ਦੀ ਮਿਲਕਿੰਗ, ਔਰ ਫਸਟ ਤੇ ਸੈਕਿੰਡ ਲੈਕਟੇਸ਼ਨ ਜਾਨਵਰ, ਤਿੱਲੜ ਦੇ ਕੋਈ ਪੈਕੇਜ ਦੇ ਦੇ। ਤਿੱਲੜ ਦਾ ਆਇਆ? ਤਿੱਲੜ ਦੇ ਕੋਈ ਪੈਕੇਜ ਦੇ? ਪੈਕੇਜ ਇਹ ਦਿੰਦੇ ਆ ਵੀਡੀਓ ਦੇ ਐਂਡ ਤੇ, ਐਂਡ ਤੇ ਦਿੰਦੇ ਆ। ਦੋ ਤੁਸੀਂ ਇਸ ਤੋਂ ਬਾਅਦ ਤੁਹਾਡੇ ਵਾਸਤੇ ਇੱਕ ਪੈਕੇਜ ਦਾ ਐਲਾਨ ਵੀ ਹੈ ਬਲੋਚ ਦਾ। ਚਲੋ ਜੀ, ਇੱਕ ਪੈਕੇਜ ਇਹ ਗੱਲ ਦੱਸੀ ਕਰ, ਜਦੋਂ ਵੀਡੀਓ ਭੇਜਦੇ ਹੋ ਨਾ, ਕੋਸ਼ਿਸ਼ ਕੀਤੀ ਕਰੋ ਜਾਨਵਰ ਸਿਲੈਕਸ਼ਨ ਕਰਕੇ ਰਾਬਤਾ ਕੀਤਾ ਤੇ ਜਾਨਵਰ ਲੈ ਲੈ,
ਜਾਨਵਰ ਜਿਸ ਟਾਈਮ ਸੇਲ ਹੋ ਜਾਂਦੇ ਉਸ ਟਾਈਮ ਰਾਬਤਾ ਕਰਦੇ ਨੇ ਕਿ ਬਲੋਈ ਸਾਹਿਬ ਸਾਡਾ ਬੜਾ ਦਿਲ ਲਾ ਲਿਆ ਕਿ ਉਹ ਇੰਜ ਹੋ ਗਿਆ ਇਹ ਹੁਣ ਵੀ ਪਾਰਟੀ ਨਾਲ ਜਿਹੜਾ ਤੁਸੀਂ ਫੋਨ ਤੇ ਲੱਗਿਆ ਹੋ ਇਹ ਡਿਸਕਸ਼ਨ ਸੀ ਅੱਜ ਬਲੋਚ ਕੋਲ ਜਾਨਵਰ ਖਲੋਤੇ ਜੀ ਕੋਈ 20-25 ਜਾਨਵਰ ਫਰੈਸ਼ ਮਿਲਕਿੰਗ ਵੀ ਸੈਕਿੰਡ ਲੈਕਟੇਸ਼ਨ ਵੀ ਮਿਲਕਿੰਗ ਪਲੱਸ ਪ੍ਰੈਗਨੈਂਟ ਦੀ ਵੀ ਅੱਛੀ ਲਾਟ ਹੈ ਤੇ ਡਰਾਈ ਪ੍ਰੈਗਨੈਂਟ ਦੀ ਵੀ ਉਹਨਾਂ ਦਾ ਰੇਟ ਅੱਜ ਕੱਲ੍ਹ ਮਾਰਕੀਟ 'ਚ ਜਿਹੜਾ ਰੇਟ ਚੱਲ ਰਿਹਾ ਉਹਦੇ ਨਾਲੋਂ ਬਹੁਤ ਜਾਇਜ਼ ਰੇਟ ਦੇ ਜਿਹੜੇ ਮਾਰਕੀਟਾਂ ਚੱਲ ਰਹੇ ਨੇ ਤੇ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਇੱਕ ਫਾਰਮ ਦੇ ਉੱਤੇ ਅਗਰ ਤੁਹਾਡੇ ਕੋਲ 50-60 ਜਾਨਵਰ ਖਲੋਤਾ ਇੱਕ ਜਗ੍ਹਾ ਤੇ ਖਲੋਤਾ ਤਾਂ ਫਿਰ ਤੁਹਾਨੂੰ ਆਉਣਾ ਔਖੇ ਕੋਈ ਨਹੀਂ ਉੱਥੋਂ ਆਪਣੀ ਮਰਜ਼ੀ ਦੇ ਜਿਵੇਂ ਦੀ ਮਰਜ਼ੀ ਚਾਹੀਦੀ ਹੋਵੇ ਤੁਹਾਨੂੰ ਜ਼ਰੂਰ ਮਿਲ ਜਾਏਗੀ ਚੱਲ ਤਿਆਰ ਕਰੋ ਕਿ ਪੈਕੇਜ ਕੀਤਾ ਦੋਸਤੋ ਜੀ ਅੱਜ ਦੀ ਵੀਡੀਓ ਦੀ ਲਾਸਟ ਜਾਨਵਰ ਪੈਕੇਜ ਬਲੋਚ ਨੇ ਗੱਲ ਕੀਤੀ ਸੀ ਪਰ ਪੈਕੇਜ ਇੱਥੇ ਤੁਹਾਨੂੰ ਪਤਾ ਹੈ ਹਰ ਵੀਡੀਓ 'ਚ ਮੈਂ ਗੱਲ ਦੱਸਣਾ ਕਿ ਪੈਕੇਜ ਭਰਾ ਲਾਉਂਦੇ ਨੇ ਜਿਹੜੀਆਂ ਗਾਵਾਂ ਲੋਕਲ ਹੋਵਨ ਜਾਂ ਜਿਹੜੀਆਂ ਵੀਡੀਓ 'ਚ ਨਾ ਵੇਖ ਸਸਤਾ ਕਰਕੇ ਵੇਚ ਦਿੱਤਾ ਲੇਕਿਨ ਬੱਚੀ ਡੇਰੀ ਤੇ ਪੈਕੇਜ ਹਮੇਸ਼ਾ ਉਹ ਲੱਗਾ ਜਿਹਦੇ ਥੱਲੇ ਕੋਈ ਵੱਛੀ ਹੋਵੇ ਜਾਂ ਜਿਹੜੀ ਗਾਂ ਚੰਗੀ ਹੋਵੇ ਅਡਰ ਦੀ ਸੋਹਣੀ ਹੋਵੇ ਵੱਡਾ ਜਾਨਵਰ ਹੋਵੇ ਬਲੋਚ ਫਰੈਸ਼ ਕਾ ਵੇ ਸੱਜੀ ਸੂਈ ਹੋਈ ਕਦੋਂ ਦੀ ਸੁਬਾਹ ਦੀ ਕੱਲ ਦੀ ਪਰਸੋਂ ਦੀ ਤੁਹਾਨੂੰ ਇਲਮ ਹੋ ਸੁਬਾਹ 4 ਵਜੇ ਅੱਜ ਸੁਬਾਹ 4 ਵਜੇ ਜੀ ਜੇਰ ਸ਼ੇਰ ਕਾ ਗਈ ਹੈ ਕਲੀਅਰ ਹੈ ਜੀ ਬਿਲਕੁਲ ਬੱਚਾ ਉਹ ਤੇ ਸ਼ੁਰੂ ਚ ਵੀ ਤੁਸੀਂ ਦੱਸਿਆ ਸੀ ਅੱਛਾ ਉਹ ਬੱਚਾ ਦੋਸਤੋ ਜੀ ਬੱਚਾ ਵੀ ਆ ਨਾਲ ਮੌਜੂਦ ਹੈ ਮਿਲਕਿੰਗ ਕਿੰਨੀ ਕੀਤੀ ਹੈ ਪੂਰੀ ਕੋਈ ਨਹੀਂ ਉਹਦੀ ਚੁਆਈ ਕੀਤੀ ਤੁਹਾਨੂੰ ਪਤਾ ਗਰਮੀ ਹੈ ਜਾਨਵਰਾਂ ਨੂੰ ਕੈਲਸ਼ੀਅਮ ਦਾ ਮਸਲਾ ਔਰ ਇਹ ਜ਼ਰੂਰੀ ਵੀ ਹੈ ਪੂਰੀ ਚੁਆਈ ਨਾ ਕਰਨ ਇਹ ਬ੍ਰਾਹਮਣ ਨੂੰ ਦੱਸ ਦਿਓ ਇਹ ਜਿਹੜੇ ਗੱਭਣਾ ਲੈ ਜਾਵਣ ਬ੍ਰਾਹਮਣ ਨੂੰ ਥੋੜਾ ਜੀ ਇਹ ਮਾਲੂਮਾਤ ਜ਼ਰੂਰ ਦੇ ਦਿਓ ਕਿ ਜਿਸ ਟਾਈਮ ਗਾਂ ਬਿਲਕੁਲ ਫਰੈਸ਼ ਹੋਵੇ ਉਹਨੂੰ ਕਿਤਨੀ ਚੋਣੀ ਹੈ ਕੋਈ 4-5 ਲੀਟਰ ਮੈਂ ਛੱਡ ਦਿੱਤਾ 11 ਲੀਟਰ ਆਈ ਉਹ ਜ਼ਰੂਰੀ ਹੈ ਛੱਡਣਾ ਦੋਦੋ ਜੀ 4-5 ਲੀਟਰ ਦੁੱਧ ਇੰਜ ਸਮਝੋ ਕਿ ਜ਼ਰੂਰ ਛੱਡੋ ਜਾਨਵਰਾਂ ਨੂੰ ਉਹ ਤੁਹਾਡਾ ਜ਼ਿਆਦਾ ਫਾਇਦਾ ਹੈ ਰੀਜ਼ਨ ਕੀ ਹੈ ਕਿ ਜਾਨਵਰ ਜਿਸ ਟਾਈਮ ਤੁਸੀਂ ਛੱਡੋਗੇ ਕੈਲਸ਼ੀਅਮ ਵਗੈਰਾ ਨਹੀਂ ਘਟੇਗਾ ਜਾਨਵਰ ਔਰ ਵੱਡੀ ਗਾਵਾਂ ਨੇ ਤੁਹਾਨੂੰ ਪਤਾ ਫਿਰ ਚੰਗੇ ਦੁੱਧ ਵਾਲੇ ਜਾਨਵਰਾਂ ਦਾ ਕੈਲਸ਼ੀਅਮ ਦੀ ਜ਼ਰੂਰੀ ਹੈ ਲੋਚ ਜਾਏਗੀ ਕਿੰਨੇ ਦੁੱਧ ਭਾਈ 2 ਮਹੀਨੇ ਰਹਿ ਗਏ ਟੋਟਲ ਗਰਮੀ ਦੇ ਹਾਂ ਅੱਲਾ ਪਾਕ ਦੀ ਕਰੇ ਹਯਾਤੀ ਖੈਰ ਜਿਸ ਮੇਰੇ ਵਿਰਾਹ ਲੈ ਵੇਣੀਆਂ ਰੇਟ ਵੀ ਇਹਦਾ ਮੈਡਾ ਕੋਈ ਨਹੀਂ ਕਰਨਾ ਆਫਰ ਦੇ ਛੱਡਣੀ ਜੈ ਜੀ ਗੱਲ ਗਾਂ 40-45 ਲੀਟਰ ਸਰਦੀਆਂ ਕਰਨ ਵਾਲੀ ਹੈ ਠੀਕ ਹੈ ਨਜ਼ਰ ਆਉਂਦੀ ਪਈ ਹੈ ਠੀਕ ਹੈ 5 ਲੱਖ ਤੇ 25,000 ਦੀ ਦੇ ਛੱਡਣੀ ਅੱਜ ਦੀ ਡੇਟ ਹੈ ਕਿਸੇ ਵਿਰਾਹ ਨੂੰ ਪਸੰਦ ਦੋਸਤੋ ਜੀ ਬਲੋਚ ਡੇਰੀ ਫਾਰਮ ਤੇ ਖਲੋਤੇ ਆ ਫਰੈਸ਼ ਕਾਵੇਂ ਬੱਟੀ ਡੇਰੀ ਫਾਰਮ ਤੇ ਖਲੋਤੇ ਆ ਬਲੋਚ ਸਾਹਿਬ ਐਡਮਨ ਨੇ ਇੱਥੇ ਦੇ 5-5 ਜੀ ਜੀ ਫਰੈਸ਼ ਕਾਵ ਤੁਹਾਡੇ ਸਾਹਮਣੇ ਥਣਾ ਦੀ ਕਲੀਅਰ ਗਾਰੰਟੀ ਸਾਫ ਤੁਹਾਡੀ ਹਰ ਤਰ੍ਹਾਂ ਦੀ ਗਾਰੰਟੀ ਥਣਾ ਦੀ ਨਹੀਂ ਗਾਰੰਟੀ ਹਰ ਤਰ੍ਹਾਂ ਦੀ ਗਾਰੰਟੀ ਜਾਨਵਰ ਨੂੰ ਹਾਜ਼ਰ ਜਿਸ ਟਾਈਮ ਤੱਕ ਬਰਾ ਹੋਣਾ ਲੈ ਜਾਣਾ ਘਰ ਜਾਣਾ ਤਾਂ ਕੋਈ ਕਿਸੇ ਕਿਸਮ ਦਾ ਇਸ਼ੂ ਨਹੀਂ ਹੋਣਾ ਮੇਰੇ ਜਾਨਵਰ ਦੇ ਵਿੱਚ ਅੱਲਾ ਜ਼ਾਤ ਬਿਹਤਰ ਕਰਦੀ ਕੋਈ ਫਾਲਟ ਨਹੀਂ ਕਿਸੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਦੋਸਤੋ ਜੀ ਅੱਛੀ ਚੀਜ਼ ਸ਼ੌਕ ਹੈ ਪੈਕੇਜ ਦੇ ਬੰਦਾ ਔਰ ਜਿਹੜੀ ਫਰੈਸ਼ ਹੁੰਦੀ ਹੈ ਹਮੇਸ਼ਾ ਜਿਹੜਾ ਚੰਗਾ ਜਾਨਵਰ ਹੁੰਦਾ ਮੈਂ ਪੈਕੇਜ ਚੋਂ ਲਾਉਂਦਾ ਮੈਂ ਬੇਕਾਰ ਜਾਨਵਰ ਕਦੀ ਨਹੀਂ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਚ ਮਾਸ਼ਾਅੱਲਾ ਜੀ ਬੜੇ ਖੂਬਸੂਰਤ ਹੀਰੇ ਲੈ ਕੇ ਆਇਆ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਚ ਜ਼ਰੂਰ ਦੱਸਿਓ ਦੋਵਾਂ ਯਾਦ ਰੱਖਿਓ ਅੱਲਾ ਹਾਫਿਜ਼ ਜੀ ਪਾਕਿਸਤਾਨ ਜ਼ਿੰਦਾਬਾਦ